ਆਵਾਜ਼ ਔਰ ਤਸਵੀਰ ਦੀ ਦੁਨੀਆ ਦੇ ਦੋਸਤੋ ਅਸਲਾਮ ਅਲੈਕਮ। ਮੈਂ ਹਾਂ ਮਕਸੂਦ ਅਤੇ ਤੁਸੀਂ ਦੇਖ ਰਹੇ ਹੋ ਯੂਟਿਊਬ ਚੈਨਲ ਪੰਜਾਬੀ ਸੈਰ ਸਪੱਟਾ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਨੂੰ ਨਵੀਂ ਤੋਂ ਨਵੀਂ ਜਗ੍ਹਾ ਦੀ ਸੈਰ ਔਰ ਨਵੀਂ ਤੋਂ ਨਵੀਂ ਜਗ੍ਹਾ ਦੀ ਮਾਲੂਮਾਤ ਦਿੰਦੇ ਹਾਂ ਅਤੇ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਜੀ ਦਿਹਾਤੀ ਮਾਹੌਲ, ਪਿੰਡ ਦਾ ਮਾਹੌਲ ਅਤੇ ਸਾਦਾ ਮਾਹੌਲ, ਔਰ ਉਹ ਵੀ ਗੰਨਿਆਂ ਦਾ, ਗੁੜ ਦਾ, ਸ਼ੱਕਰ ਦਾ। ਅੱਜ ਇਹ ਤੁਹਾਨੂੰ ਅਸੀਂ ਇਹ ਦਿਖਾਉਣ ਵਾਲੇ ਹਾਂ ਕਿ ਸ਼ੱਕਰ ਕਿਸ ਤਰ੍ਹਾਂ ਬਣਦੀ ਹੈ ਔਰ ਗੁੜ ਕਿਸ ਤਰ੍ਹਾਂ ਤਿਆਰ ਹੁੰਦਾ ਹੈ। ਔਰ ਇਸ ਤੋਂ ਪਹਿਲੇ ਕਿ ਅਗਰ ਤੁਸੀਂ ਇਹ ਚੈਨਲ 'ਤੇ ਨਵੇਂ ਜੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਨਾਲ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਤੁਸੀਂ ਸਾਡੇ ਨਾਲ ਜੁੜੇ ਰਹੋ ਔਰ ਇਸੇ ਤਰ੍ਹਾਂ ਦੀ ਦਿਲਚਸਪੀ ਜਗ੍ਹਾ ਔਰ ਦਿਲਚਸਪੀ ਨਜ਼ਾਰੇ ਜਿਹੜੇ ਨੇ ਇਹ ਤੁਸੀਂ ਸਾਡੇ ਨਾਲ ਦੇਖਦੇ ਰਹੋ। ਔਰ ਜਿੰਨੇ ਲੋਕਾਂ ਨੇ ਪਹਿਲੇ ਇਹ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਜੀ ਅਸੀਂ ਤੈ ਦਿਲ ਦੇ ਨਾਲ ਸ਼ੁਕਰੀਆ ਅਦਾ ਕਰਦੇ ਹਾਂ। ਅਤੇ ਇਹ ਜਿਹੜਾ ਤੁਸੀਂ ਦੇਖ ਰਹੇ ਜੇ ਇਸ ਚੀਜ਼ ਨੂੰ ਕਿਹਾ ਜਾਂਦਾ ਜੀ ਵਿਲਣਾ। ਇਹ ਵਿਲਣੇ ਦੇ ਵਿੱਚ ਜਨਾਬ ਗੰਨਾ ਦਿੱਤਾ ਜਾਂਦਾ ਅਤੇ ਗੰਨੇ ਤੋਂ ਬਾਅਦ ਜਨਾਬ ਰੋਹ ਨਿਕਲਦੀ ਹੈ ਅਤੇ ਇਹਨੂੰ ਕਿਹਾ ਜਾਂਦਾ ਜੀ ਚੁੰਬਾ। ਅਤੇ ਇਹ ਉੱਪਰ ਜਿਹੜਾ ਪਿਆ ਇਹਨੂੰ ਕਿਹਾ ਜਾਂਦਾ ਜੀ ਕੜਾ। ਕੜਾ ਦੇ ਵਿੱਚ ਜਿਹੜੀ ਹੈ ਕਿ ਰੋਹ ਵਿੱਚ ਜਾ ਕੇ ਗਿਰਦੀ ਹੈ ਅਤੇ ਨੀਚੇ ਜਨਾਬ ਉਹਨੂੰ ਅੱਗ ਦਿੱਤੀ ਜਾਂਦੀ ਹੈ ਅਤੇ ਉਹ ਫਿਰ ਉੱਪਰ ਜਾ ਕੇ ਜਨਾਬ ਜਿਹੜਾ ਨਾ ਕਿ ਉਹ ਗਰਮ ਹੋਣਾ ਸ਼ੁਰੂ ਹੋ ਜਾਂਦੀ ਹੈ। ਅਤੇ ਬਾਈ ਅਲੀ ਕੀ ਕਰ ਰਹੇ ਨੇ ਉਸ ਮੈਲ ਨੂੰ ਉਤਾਰ ਰਹੇ ਨੇ ਜਿਹੜੀ ਕਿ ਰੋਹ ਦੇ ਉੱਤੇ ਆਉਂਦੀ ਹੈ ਤਾਂ ਕਿ ਅਕਸਰ ਤੁਸੀਂ ਦੇਖਿਆ ਹੋਣਾ ਕਿ ਕਈ ਗੁੜ ਕਾਲੇ ਹੁੰਦੇ ਨੇ ਅਤੇ ਕਈ ਗੁੜ ਜਿਹੜੇ ਇਹਨਾਂ ਨਾਲ ਬੜੇ ਚਿੱਟੇ ਹੁੰਦੇ ਨੇ। ਉਹ ਕਾਲੇ ਇਸੇ ਵਜ੍ਹਾ ਤੋਂ ਹੁੰਦੇ ਨੇ ਕਿ ਉਹਨਾਂ ਦੀ ਮੈਲ ਜਿਹੜੀ ਹੈ ਕਿ ਉਹ ਉਤਾਰੀ ਨਹੀਂ ਹੁੰਦੀ ਅਤੇ ਇਹ ਉੱਤੋਂ ਕੀ ਕਰ ਰਹੇ ਨੇ ਉਸ ਮੈਲ ਨੂੰ ਉਤਾਰ ਰਹੇ ਨੇ ਉਸ ਰੋਹ ਦੇ ਉੱਤੋਂ, ਠੀਕ ਹੈ। ਅਤੇ ਇਹ ਪੂਰਾ ਹੈ ਕਿ ਜੀ ਇੱਕ ਸੈਟਅਪ ਬਣਿਆ ਹੋਇਆ, ਇੱਕ ਪੂਰਾ ਨਿਜ਼ਾਮ ਬਣਿਆ ਹੋਇਆ ਵੇ। ਇਹ ਕੜਾ ਇਹਨੂੰ ਬਲਦਾ ਗੜਾ ਕੜਾ ਜਿਹੜਾ ਵੇ ਇਹ ਬਲ ਰਿਹਾ ਇਸ ਟਾਈਮ, ਬਹੁਤ ਪਖਿਆ ਹੋਇਆ ਵੇ। ਥੱਲੇ ਚੁੰਬੇ ਦੇ ਅੱਗ ਦਿੱਤੀ ਜਾ ਰਹੀ ਹੈ ਔਰ ਜਨਾਬ ਰੋਹ ਜਿਹੜੀ ਹੈ ਕਿ ਇਹ ਜਿਹੜਾ ਇਸ ਟਾਈਮ ਜਿਹੜਾ ਕਿ ਇਹ ਪੱਕ ਰਹੀ ਹੈ। ਪੱਕ ਪੱਕ ਕੇ ਤੁਸੀਂ ਦੇਖ ਰਹੇ ਜੀ ਕਿ ਕਿਸ ਤਰ੍ਹਾਂ ਦਾ ਇਹਦਾ ਕਲਰ ਹੋ ਗਿਆ ਇਸ ਟਾਈਮ ਜਿਹੜਾ ਨਾ ਇਹ ਤਿਆਰੀ ਦੀ ਹਾਲਤ ਦੇ ਵਿੱਚ। ਜਿਸ ਤਰ੍ਹਾਂ ਕਿ ਗੁੜ ਤਿਆਰ ਹੁੰਦਾ ਨਾ ਇਹ ਉਸਦੀ ਇਸ ਟਾਈਮ ਹਾਲਤ ਦੇ ਵਿੱਚ ਹੈ ਅਤੇ ਅਸੀਂ ਤੁਹਾਨੂੰ ਜਿਹੜਾ ਨਾ ਬਹੁਤ ਜਲਦ ਉਹ ਦਿਖਾਉਂਦੇ ਹਾਂ ਉਹ ਮੰਜ਼ਰ, ਉਹ ਨਜ਼ਾਰਾ ਕਿ ਗੁੜ ਜਿਹੜਾ ਨਾ ਕਿ ਤਿਆਰ ਕਿਸ ਤਰ੍ਹਾਂ ਹੁੰਦਾ। ਇਹਦੇ ਤੁਸੀਂ ਜਨਾਬ ਲੱਡੂ ਵੀ ਬਣਾ ਸਕਦੇ ਜੇ। ਇਹ ਦੇਖ ਲਓ ਸ਼ਕਲ ਤਿਆਰ ਹੋ ਰਹੀ ਹੈ ਉਹਦੀ, ਬਣ ਰਿਹਾ ਵੇ ਇਹ ਗੁੜ ਦੀ ਸ਼ਕਲ ਜਿਹੜੀ ਹੈ ਕਿ ਇੱਕ ਤਿਆਰ ਹੈ ਇਸ ਟਾਈਮ ਜਿਹੜਾ ਕਿ ਇਹ ਕਰ ਗਿਆ। ਇਹ ਨੀਚੇ ਉਹਨਾਂ ਨੇ ਟੱਪ ਦੇ ਵਿੱਚ ਪਾ ਦਿੱਤਾ, ਲੱਕੜ ਦਾ ਟੱਪ ਬਣਿਆ ਹੋਇਆ ਅਤੇ ਇਹ ਟੱਪ ਦੇ ਵਿੱਚ ਜਨਾਬ ਪਾ ਦਿੱਤੀ ਹੈ। ਹੁਣ ਇਹਦੇ ਠੰਡੇ ਹੋਣ ਦਾ ਇੰਤਜ਼ਾਰ ਹੋਏਗਾ ਕਿ ਇਹ ਗਰਮ ਹੈ ਅਤੇ ਇਹ ਹੁਣ ਠੰਡੀ ਹੋਵੇਗੀ। ਜਿਸ ਤਰ੍ਹਾਂ ਠੰਡੀ ਹੁੰਦੀ ਜਾਵੇਗੀ ਉਸ ਤਰ੍ਹਾਂ ਜਿਹੜਾ ਕਿ ਕੰਮ ਜਿਹੜਾ ਨਾ ਅੱਗੇ ਕਰਦਾ ਜਾਏਗਾ। ਇਹ ਨਾਲ ਜਨਾਬ ਰੰਬਿਆਂ ਦੇ ਨਾਲ ਜਿਹੜਾ ਕਿ ਉਹਨੂੰ ਠੰਡਾ ਕੀਤਾ ਗਿਆ ਔਰ ਉਸ ਤੋਂ ਬਾਅਦ ਹੁਣ ਉਹਨੂੰ ਟੱਕ ਲਗਾਏ ਜਾ ਰਹੇ ਨੇ। ਇਹ ਟੱਕ ਤੁਸੀਂ ਦੇਖ ਰਹੇ ਜੀ ਇਹ ਟੱਕ ਲੱਗ ਰਹੇ ਨੇ, ਜਿਸ ਤਰ੍ਹਾਂ ਕਿ ਜਨਾਬ ਅਸੀਂ ਕਹਿ ਸਕਦੇ ਹਾਂ ਇਸ ਚੀਜ਼ ਨੂੰ ਕੀ ਕਹਿ ਸਕਦੇ ਹਾਂ, ਬਰਫੀ, ਮਿਠਾਈਆਂ ਦੀ ਬਰਫੀ। ਛੋਟੇ ਛੋਟੇ ਟੱਕ ਬਣੇ ਹੁੰਦੇ ਨੇ, ਤੁਹਾਨੂੰ ਛੋਟੇ ਛੋਟੇ ਪੀਸ ਹੁੰਦੇ ਨੇ, ਇਸੇ ਤਰ੍ਹਾਂ ਜਨਾਬ ਇਹ ਗੁੜ ਦੇ ਟੱਕ ਜਨਾਬ ਲੱਗ ਗਏ ਨੇ। ਅਤੇ ਬਾਕੀ ਜਨਾਬ ਇਹ ਵੀਡੀਓ ਨੂੰ ਦੇਖਣ ਦਾ ਅਤੇ ਸਾਨੂੰ ਸੁਣਨ ਦਾ ਤੁਹਾਡਾ ਬਹੁਤ ਸ਼ੁਕਰੀਆ। ਅਤੇ ਬਹੁਤ ਜਲਦ ਮਿਲਦੇ ਹਾਂ ਇੱਕ ਨਵੀਂ ਜਗ੍ਹਾ 'ਤੇ ਅਤੇ ਇੱਕ ਨਵੀਂ ਵੀਡੀਓ ਦੇ ਵਿੱਚ। ਹੁਣੀ ਦੇਰ ਤੱਕ ਆਪਣਾ ਖਿਆਲ ਰੱਖੋ, ਆਪਣੀ ਫੈਮਿਲੀ ਦਾ ਖਿਆਲ ਰੱਖੋ, ਸਾਨੂੰ ਇਜਾਜ਼ਤ ਦਿਓ। ਅੱਲਾ ਹਾਮੀ ਓ ਨਾਸਰ ਹੋ ਅਤੇ ਰੱਬ ਰਾਖਾ ਜੀ।